100% ਸੱਚਾ, 1% ਵੀ ਇਹ 'ਚ ਕੋਈ ਝੂਠ ਨਹੀਂ ਹੈ। ਜਦੋਂ ਸੱਚ ਨੂੰ ਫਾਂਸੀ ਲੱਗਦੀ ਹੋਵੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਖਾਤਰ ਲੜਨ ਵਾਲੇ ਬੰਦਿਆਂ ਨੂੰ ਜੇਲ੍ਹ 'ਚ ਜਾਣਾ ਪਵੇ, ਤਾਂ ਫਿਰ ਲੋਕਾਂ ਨੂੰ ਗੁੱਸਾ ਆਊਗਾ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਕਾਫੀ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਹੁਣ 550ਵੇਂ ਪ੍ਰਕਾਸ਼ ਪੁਰਬ ਮੌਕੇ 9 ਸਿੱਖ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ, ਜਿਸ ਨਾਲ ਸਿੱਖ ਸੰਗਤਾਂ 'ਚ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਨਜੀਤ ਸਿੰਘ ਧਨੇਰ, ਜੋ ਕਿ ਕਿਰਨਜੀਤ ਕਤਲਕਾਂਡ 'ਚ ਇਨਸਾਫ ਲਈ ਲੜ ਰਹੇ ਸੀ, ਉਹਨਾਂ ਨੂੰ ਵੀ ਬਰਨਾਲਾ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ, ਜਿਸਦਾ ਅਜਿਹਾ ਭਰਮਾ ਸਵਾਗਤ ਕੀਤਾ ਕਿ ਸਭ ਦੇਖਦੇ ਹੀ ਰਹਿ ਗਏ। ਕਿਸਾਨ ਯੂਨੀਅਨ ਸਮੇਤ ਬੀਬੀਆਂ ਦਾ ਵੀ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਜੇਲ੍ਹ ਤੋਂ ਬਾਹਰ ਆਏ ਮਨਜੀਤ ਸਿੰਘ ਧਨੇਰ ਨੇ ਪੂਰੀ ਹੱਡ ਬੀਤੀ ਸੁਣਾਈ ਹੈ, ਜਰਾ ਤੁਸੀਂ ਵੀ ਸੁਣੋ। 29 ਜੁਲਾਈ 1997 ਨੂੰ ਮਹਿਲ ਕਲਾਂ ਦੇ ਵਿੱਚ ਬੇਟੀ ਕਰਨਜੀਤ ਕਾਲਜ ਤੋਂ ਪੜ੍ਹ ਕੇ ਵਾਪਸ ਪਰਤ ਰਹੀ ਸੀ। ਮਹਿਲ ਕਲਾਂ ਦੇ ਬਦਨਾਮ ਗੁੰਡੇ, ਜਿਹੜਾ ਗੁੰਡਾ ਪਰਿਵਾਰ ਜਿਹਨਾਂ ਦਾ 50 ਸਾਲ ਤੋਂ ਰਾਜ ਚੱਲਦਾ ਸੀ, ਉਹਨਾਂ ਦੇ ਕਾਕਿਆਂ ਨੇ ਦਿਨੇ ਸ਼ਰਾਬ ਪੀ ਕੇ ਮੁਰਗੇ ਮਰਗੇ ਬਣਾ ਕੇ ਤਿਆਰੀ ਕੀਤੀ ਹੋਈ ਸੀ। ਉਹਨਾਂ ਬੇਟੀ ਨੂੰ ਮੁੜਦੀ ਨੂੰ ਕਾਲਜ ਉਹਨਾਂ ਨੇ ਘੇਰਿਆ, ਉਹਨੂੰ ਘੇਰਿਆ। ਘੇਰਨ ਤੋਂ ਬਾਅਦ ਮਤਲਬ ਰੇਪ ਕਰਨ ਤੋਂ ਬਾਅਦ, ਗੈਂਗ ਰੇਪ ਹੋਣ ਤੋਂ ਬਾਅਦ ਉਹਨੂੰ ਮਤਲਬ ਮਾਰ ਕੇ ਖੇਤਾਂ ਦੇ ਵਿੱਚ ਦੱਬਤਾ। ਤਾਂ 14 ਦਿਨਾਂ ਦੇ ਬਾਅਦ ਐਕਸ਼ਨ ਕਮੇਟੀ ਨੇ ਜੱਦੋਜਹਿਦ ਕਰਕੇ, ਐਕਸ਼ਨ ਕਮੇਟੀ ਮਹਿਲ ਕਲਾਂ ਬਣੀ, ਉਸ ਐਕਸ਼ਨ ਕਮੇਟੀ ਨੇ ਜੱਦੋਜਹਿਦ ਕਰਕੇ ਉਹਨਾਂ ਗੁੰਡਿਆਂ ਤੋਂ ਉਹਨਾਂ ਦੇ ਹੱਥੀਂ ਉਹਨਾਂ ਦੇ ਖੇਤ ਦੇ ਵਿੱਚੋਂ ਲਾਸ਼ ਕਢਾਈ ਬੱਚੀ ਦੀ। ਲਾਸ਼ ਕਢਾਉਣ ਤੋਂ ਬਾਅਦ ਜਿਹੜਾ ਮੁਕੱਦਮਾ ਲੜਿਆ, ਆਪ ਅਸੀਂ ਗਵਾਹੀਆਂ ਦਿੱਤੀਆਂ, ਤਾਂ ਉਹਨਾਂ ਗੁੰਡਿਆਂ ਨੂੰ ਸਜ਼ਾਵਾਂ ਕਰਾਈਆਂ। ਇਹਨੇ 'ਚ ਹੀ ਉਦੋਂ ਤਿੰਨ ਚਾਰ ਸਾਲ ਬਾਅਦ ਤਾਂ ਮਤਲਬ ਕਚਹਿਰੀ ਦੇ ਵਿੱਚ ਕੋਈ ਲੜਾਈ ਹੋਈ, ਲੜਾਈ ਦੇ ਵਿੱਚ ਉਹਨਾਂ ਦਾ ਬੁੱਢਾ ਫੱਟੜ ਹੋ ਗਿਆ ਇੱਕ, ਕੁਛ ਚਿਰ ਬਾਅਦ ਉਹਦੀ ਮੌਤ ਹੋ ਗਈ। ਤਾਂ ਉਹਨਾਂ ਨੇ ਸਾਡੀ ਮਤਲਬ ਜਿਹੜੀ ਐਕਸ਼ਨ ਕਮੇਟੀ ਦੇ 3 ਮੈਂਬਰ ਸੀ, ਨਾਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ ਨੂੰ ਫਾਲਸ ਝੂਠਾ ਉਸ ਕਤਲ ਕੇਸ ਦੇ ਵਿੱਚ ਪਾਤਾ। ਉੱਥੇ ਵੀ ਪੁਲਿਸ ਸਿਆਸੀ ਗੁੰਡਾ ਗੱਠਜੋੜ ਬੈਠਾ ਸੀ ਰਾਬਟ ਲਿਖਾਉਣ ਵੇਲੇ, ਅਤੇ ਉਹਨਾਂ ਨੇ ਅਸੀਂ ਜੱਦੋਜਹਿਦ ਕੀਤੀ, ਲੋਕਾਂ ਨੇ ਵੱਲੋਂ ਸਾਨੂੰ ਫੜ ਨਹੀਂ ਸਕੀ, ਪੁਲਿਸ ਨੇ ਖਾਨਾ ਨੰਬਰ 2 'ਚ ਪਾਤਾ ਸੀ। ਉਸ ਤੋਂ ਬਾਅਦ 2005 ਦੇ ਵਿੱਚ ਸਾਨੂੰ ਸਜ਼ਾ ਹੁੰਦੀ ਆ ਇਸ ਝੂਠੇ ਕਤਲ ਕੇਸ ਦੇ ਵਿੱਚ, 1.5 ਸਾਲ ਸਾਨੂੰ ਲੁਧਿਆਣਾ ਮਤਲਬ ਬਠਿੰਡੇ ਦੀ ਜੇਲ੍ਹ 'ਚ ਰਹਿਣਾ ਪਿਆ। ਉਸ ਤੋਂ ਬਾਅਦ ਸਾਡੀ ਜਵਾਨਤ ਹੋਈ, ਲੋਕਾਂ ਨੇ ਸੰਘਰਸ਼ ਕੀਤਾ, ਅਤੇ ਗਵਰਨਰ ਸਾਹਿਬ ਨੇ ਸਾਡੀ ਜਿਹੜੀ ਇਹ ਸੀ ਮਤਲਬ ਸਜ਼ਾ ਰੱਦ ਕਰਤੀ। ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੇਂਜ ਹੋ ਗਿਆ, ਚੈਲੇਂਜ ਦੇ ਵਿੱਚ ਉਹ ਰੱਦ ਹੋ ਗਿਆ ਹਾਈ ਮਤਲਬ ਗਵਰਨਰ ਸਾਹਿਬ ਵਾਲਾ ਫੈਸਲਾ। ਫੈਸਲਾ ਰੱਦ ਹੋਣ ਤੋਂ ਜਿਹੜੇ ਮੇਰੇ 2 ਸਾਥੀ ਸੀ ਉਹ ਹਾਈ ਕੋਰਟ 'ਚੋਂ ਬਰੀ ਹੋ ਗਏ ਅਪੀਲ 'ਚੋਂ, ਮੈਨੂੰ ਦੁਆਰੇ ਹਾਈ ਕੋਰਟ ਨੇ ਸਜ਼ਾ ਕਰਤੀ, ਅਤੇ ਸੁਪਰੀਮ ਕੋਰਟ ਨੇ ਵੀ ਦੁਆਰੇ ਸਜ਼ਾ ਕੀਤੀ ਹੈ। ਉਸ ਸਜ਼ਾ ਦੇ ਖਿਲਾਫ਼ ਮੇਰੇ ਪੰਜਾਬ ਦੇ ਲੋਕ ਲੜੇ ਹੈ, ਕਿਉਂਕਿ ਮੈਂ ਸੱਚਾ, ਮੈਂ ਅੱਜ ਵੀ ਕਹਿੰਦਾ ਮੈਂ 100% ਸੱਚਾ, 1% ਵੀ ਇਹ 'ਚ ਕੋਈ ਝੂਠ ਨਹੀਂ ਹੈ। ਜਦੋਂ ਸੱਚ ਨੂੰ ਫਾਂਸੀ ਲੱਗਦੀ ਹੋਵੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਖਾਤਰ ਲੜਨ ਵਾਲੇ ਬੰਦਿਆਂ ਨੂੰ ਜੇਲ੍ਹ 'ਚ ਜਾਣਾ ਪਵੇ, ਤਾਂ ਫਿਰ ਲੋਕਾਂ ਨੂੰ ਗੁੱਸਾ ਆਊਗਾ। ਅਤੇ ਲੋਕਾਂ ਨੂੰ ਗੁੱਸਾ ਆਇਆ ਇਸ ਗੱਲ 'ਤੇ। ਹੁਣ ਜਿੱਦਣ 3 ਸਤੰਬਰ ਨੂੰ ਮੈਨੂੰ ਸਜ਼ਾ ਹੋਈ ਹੈ, ਤਾਂ ਪੰਜਾਬ ਦੇ 500 ਪਿੰਡਾਂ ਦੇ ਵਿੱਚ ਅਰਥੀਆਂ ਸਾੜੀਆਂ ਗਈਆਂ। ਉਸ ਤੋਂ ਬਾਅਦ ਲਗਾਤਾਰ ਲੋਕ ਸੰਘਰਸ਼ ਦੇ ਵਿੱਚ ਸੀ, ਲੋਕਾਂ ਸੰਘਰਸ਼ ਕਮੇਟੀ ਬਣੀ, ਸੰਘਰਸ਼ ਕਮੇਟੀ ਨੇ ਬਹੁਤ ਵਧੀਆ ਅਗਵਾਈ ਦਿੱਤੀ, ਅਗਵਾਈ ਦੇ ਵਿੱਚ ਲੋਕ ਲੜੇ ਜੰਗ ਦੇ ਮੈਦਾਨ ਦੇ ਵਿੱਚ। ਅੱਜ ਵੀ ਸਾਡੀਆਂ ਭੈਣਾਂ ਮਾਵਾਂ ਬੈਠੀਆਂ ਜਿਵੇਂ ਜੰਗੀ ਫੌਜੀ ਆਉਂਦੇ ਹੁੰਦੇ ਆ, ਪੀਲੀਆਂ ਚੁੰਨੀਆਂ ਲੈ ਕੇ, ਹਰੀਆਂ ਚੁੰਨੀਆਂ ਲੈ ਕੇ ਤਿਆਰ ਹੋ ਕੇ ਆਈਆਂ ਫੌਜ ਬਣ ਕੇ। ਇਹ ਪਿਛਲੇ ਲੰਮੇ ਸਮੇਂ ਤੋਂ ਮਤਲਬ ਸੰਘਰਸ਼ ਦੇ ਵਿੱਚ ਸ਼ਾਮਿਲ ਹੋ ਰਹੀਆਂ, ਅਤੇ ਉਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ, ਸਹੀ ਸਿਹਤ ਦੇ ਵਿੱਚ ਸੰਘਰਸ਼ ਲੜਿਆ ਗਿਆ, ਉਹਦੀ ਜਿੱਤ ਹੋਈ ਹੈ, ਸਾਨੂੰ ਪੂਰੀ ਖੁਸ਼ੀ ਹੈ। ਅਤੇ ਇਸ ਗੱਲ 'ਤੇ ਵਿਸ਼ਵਾਸ ਬੱਝਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਨੂੰ ਕੋਈ ਕਤਲ ਨਹੀਂ ਕਰ ਸਕਦਾ, ਦੇਰ ਸਵੇਰ ਤਾਂ ਹੋ ਸਕਦੀ ਹੈ, ਸੱਚ ਨੇ ਹਮੇਸ਼ਾ ਜਿੱਤਣਾ। ਅੱਜ ਵੀ ਔਰੰਗਜ਼ੇਬ ਦੀ ਜਿਹੜੀ ਸੋਚ ਸੀ ਉਹ ਹਾਰ ਗਏ, ਅਤੇ ਚਾਂਦਨੀ ਚੌਂਕ ਦੀ ਜਿਹੜੀ ਜਿੱਤ ਹੋਈ ਆ, ਅਤੇ ਭਗਤ ਸਿੰਘ ਦੇ ਵਿਚਾਰਾਂ ਦੀ, ਬਾਬੇ ਨਾਨਕ ਦੇ ਵਿਚਾਰਾਂ ਦੀ, ਬਾਬੇ ਨਾਨਕ ਦੇ 550 ਸਾਲਾਂ ਨੂੰ ਇਹ ਬਹੁਤ ਵੱਡਾ ਸਾਡਾ ਮਤਲਬ ਸਲੂਟ ਹੈ, ਸਾਡੀ ਸ਼ਰਧਾ। ਅਤੇ ਅੱਜ ਭਾਈ ਲਾਲੋਆਂ ਨੇ ਜਿਹੜਾ ਇਹ ਸੰਘਰਸ਼ ਜਿੱਤਿਆ, ਇਹ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਜਿਹੜਾ ਸੰਘਰਸ਼ ਹੈ ਮਤਲਬ ਮਿਹਨਤੀ ਲੋਕਾਂ ਨੇ ਜਿੱਤ ਲਿਆ, ਅਤੇ ਅੱਗੇ ਆਉਣ ਵਾਲੇ ਸਮੇਂ ਵੀ ਜਿੱਤ ਰਹੇ। ਦੱਸ ਦਈਏ ਕਿ ਪਿਛਲੇ 46 ਦਿਨਾਂ ਤੋਂ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਕਿਸਾਨ ਵੀਰਾਂ, ਬੀਬੀਆਂ ਤੇ 42 ਹੋਰ ਸੰਗਠਨਾਂ ਵੱਲੋਂ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਬਰਨਾਲਾ ਜੇਲ੍ਹ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ, ਤੇ ਹੁਣ ਜਾ ਕੇ ਕਿਸਾਨਾਂ ਦੀ ਮੰਗ ਪੂਰੀ ਹੋਈ ਹੈ ਤੇ ਮਨਜੀਤ ਸਿੰਘ ਧਨੇਰ ਜੇਲ੍ਹ ਤੋਂ ਬਾਹਰ ਆ ਗਏ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।